ਅਸਲਾਮ ਅਲੈਕਮ। ਅੱਲਾਹ ਦੇ ਫਜ਼ਲ ਔਰ ਕਰਮ ਦੇ ਨਾਲ ਅੱਜ ਦਾ ਵਲਾਗ ਕਰਦੇ ਹਾਂ ਸ਼ੁਰੂ। ਅੱਜ ਥੋੜ੍ਹੀ ਦੇਰੀ ਹੋਇਆ ਉੱਠੇ ਹਾਂ, ਮੈਂ ਅੱਜ ਵਲਾਗ ਸ਼ੁਰੂ ਕਰੀਏ ਛੱਤ ਤੋਂ ਜਾ ਕੇ। ਅੱਜ ਮੈਂ ਛੱਤ 'ਤੇ ਆਇਆ ਵਾਂ ਅਤੇ ਜਿਹਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਤੁਹਾਡੇ ਨਾਲ ਛੱਤ ਦਾ ਥੋੜ੍ਹਾ ਜਿਹਾ ਵਿਜ਼ਿਟ ਕਰਾਉਂਦੇ ਹਾਂ। ਛੱਤ ਦੀ ਹਾਲਾਤ ਤਾਂ ਖਰਾਬ ਹੀ ਨੇ, ਲੇਕਿਨ ਦੇਖੋ ਕੈਸੇ ਨੇ। ਧੁੱਪ ਵੀ ਹੈ ਵੇ, ਠੀਕ ਠਾਕ ਹੈ ਧੁੱਪ। ਅਤੇ ਬਾਰਬੀਕਿਊ ਹੈ ਸਾਡਾ, ਕੀ ਹਾਲਾਤ ਹੋ ਗਏ ਨੇ ਪਤਾ ਹੀ ਕੋਈ ਨਹੀਂ ਹੈ। ਮੌਸਮ ਠੀਕ ਹੈ, ਵਾਹਵਾ ਧੁੱਪ ਛੁੱਪ ਆ। ਉਹ ਸਾਡੇ ਕਬੂਤਰ ਵੀ ਇੱਥੇ ਪਾਉਂਦੇ ਫਿਰਦੇ ਆ, ਸਾਡੇ ਤਾਂ ਨਹੀਂ ਲੇਕਿਨ ਆਇਆ ਬਾਹਰ ਨੇ ਰੱਖੇ ਕੋਈ ਨਹੀਂ। ਅਤੇ ਉਹ ਸਾਡੀ ਬਾਲਕੋਨੀ ਹੈ ਥੱਲੇ, ਅੱਜ ਮੈਂ ਛੱਤ ਚੱਲ ਕੇ ਬਣਾਉਂਦੇ ਹਾਂ। ਨਾਲੇ ਟਾਈਮ ਮਿਲ ਗਿਆ ਵੇ ਦਾੜੀ ਸ਼ਾੜੀ ਸੈੱਟ ਕਰਾਉਣ ਦਾ, ਕੋਈ ਅੱਜ ਵਾਮ ਖੁੱਲ੍ਹ ਗਏ ਨੇ ਅਤੇ ਫੋਨ ਕੀਤਾ ਕਿ ਮੈਂ ਪੁੱਛਿਆ ਕੋਈ ਟਾਈਮ ਸ਼ਾਇਮ ਹੈ ਕਿ ਨਹੀਂ ਆਉਂਦਾ। ਟਾਈਮ ਸ਼ਾਇਮ 'ਤੇ ਆ ਵੀ ਆ ਜਾਓ, ਹੁਣ ਜਾਂਦੇ ਹਾਂ ਉੱਧਰ, ਕੀ ਹਿਸਾਬ ਹੈ ਚੱਲ ਕੇ ਸੈਟਅਪ ਕਰਾਉਂਦੇ ਹਾਂ, ਫਿਰ ਮਿਲਦੇ ਹਾਂ ਤੁਹਾਨੂੰ। ਚੱਲੇ ਹਾਂ ਵਾਲ ਸ਼ਾਲ ਕਰਾਉਣ, ਦਾੜੀ ਸ਼ਾੜੀ ਸੈੱਟ ਕਰਾਉਣ ਅਤੇ ਕੱਢ ਲਈਏ ਆਪਣੀ ਲੈਂਬਰਗਿਨੀ। ਸਹੀ ਹੈ, ਸ਼ਾਪਿੰਗ ਦਾ ਨਾਲ ਹੀ ਮੂਡ ਬਣ ਗਿਆ ਹੈ, ਚਲ ਸ਼ਾਪਿੰਗ ਕਰਾਂ ਵੀ ਅਤੇ ਵੇਖਦੇ ਹਾਂ ਫਿਰ ਸ਼ਾਪਿੰਗ ਕਰਦੇ ਹਾਂ ਕੈਸੀ ਸ਼ਾਪਿੰਗ ਹੁੰਦੀ ਹੈ, ਕੈਸਾ ਕੈਸਾ ਮਾਹੌਲ ਹੈ। ਲਓ ਜੀ ਮਾਮ ਤੇ ਅਸੀਂ ਪਹੁੰਚ ਆਏ ਹਾਂ, ਸਾਨੂੰ ਟਾਈਮ ਹੀ ਨਹੀਂ ਜਵਾਬ ਦਿੰਦਾ। ਅਸਲਾਮ ਵਾਲੇਕਮ, ਲੋ ਗਾਇਸ ਫਿਲਹਾਲ ਹੁਣ ਅਸੀਂ ਫਰੀ ਹੋ ਗਏ ਹਾਂ, ਦੋਸਤ ਨੇ ਸਾਨੂੰ ਫਰੀ ਕਰ ਦਿੱਤਾ, ਵਾਲ ਸ਼ਾਲ ਕੱਢ ਦਿੱਤਾ, ਸੋਹਣਾ ਲੱਗ ਰਿਹਾ ਕਿ ਨਹੀਂ ਇੱਕ ਵਾਰੀ ਕਮੈਂਟ 'ਚ ਕਰਕੇ ਦੱਸੋ। ਫਿਰ ਹੁਣ ਜਾਂਦੇ ਹਾਂ ਫਿਲਹਾਲ ਦੋਸਤ ਵੱਲ, ਫਿਰ ਤੁਹਾਨੂੰ ਦੱਸਦੇ ਹਾਂ। ਹਾਂ ਹਾਂ ਇੱਕ ਗੱਲ ਯਾਦ ਰਿਹਾ ਕਿ ਤੁਹਾਨੂੰ ਇਹ ਵਹਾਣਾ ਮੈਨੂੰ ਯਾਦ ਨਹੀਂ ਰਿਹਾ। ਇਹ ਵੇਖੋ ਜਨਾਬ ਘੜਾ ਪਿਆ, ਪਤਾ ਨਹੀਂ ਕੀ ਪਿਆ, ਬਾਲਾ ਵੱਡੇ ਰੱਖ ਦਿੱਤੇ ਹਨ, ਫਿਰ ਕਹਿੰਦੇ ਇਹ ਸਾਰੇ ਵੇਟਿੰਗ 'ਚ ਲੱਗੇ ਆ ਇੱਥੇ, ਪਤਾ ਨਹੀਂ ਕਿਹੜੀ ਕਿਹਦੀ ਕਿਸ ਟਾਈਮ ਫਲੈਟ ਜਾਣੀ ਹੈ। ਸਾਡਾ ਜਵਾਨ ਮੈਨੂੰ ਲੱਗਦਾ ਅੰਦਰ ਟੁਰ ਗਿਆ ਵੇ। ਇਹ ਹਿਸਟਰੀ ਕਿਸੇ ਨੂੰ ਆਉਂਦੀ ਹੈ, ਵੇਖ ਲਓ ਪੜ੍ਹ ਤੱਕ ਲਓ। ਅਤੇ ਇਹ ਵੀ ਜਨਾਬ ਵੇਂਦੇ ਹੋ, ਇਹ ਹੋਰ ਵੀ ਪਏ ਨੇ। ਅਤੇ ਤਦ ਤੱਕ ਅੱਲਾ ਹਾਫਿਜ਼, ਅਗਲੇ ਵਲਾਗ 'ਚ ਤੁਹਾਨੂੰ ਮਿਲਦੇ ਹਾਂ ਫਿਰ, ਖੁਦਾ ਹਾਫਿਜ਼। ਅਤੇ ਰਸਤੇ ਜਾਂਦੀ ਵਾਰੀ ਤੁਹਾਨੂੰ ਆ ਦਿੰਦੇ ਕੀ ਮਾਹੌਲ ਹੈ। ਓਕੇ।